ਸਸਿਗਾ ਦੋਸਤੋ ਗੁਰਪ੍ਰੀਤ ਜੰਗਿਆਣ ਦੇ ਜਿਹੜੇ ਜਿਹੜੇ ਫੈਨ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਓ ਕਿਉਂਕਿ ਅੱਜ ਉਹਨਾਂ ਦੀ ਵੀਡੀਓ ਆਪਾਂ ਲੈ ਕੇ ਆ ਰਹੇ ਹਾਂ ਕਿਉਂਕਿ ਜਿਹੜੇ ਬਰਾਲੇ ਗੁਰਪ੍ਰੀਤ ਜੰਗਿਆਣਾ ਕਬੱਡੀ ਦੇ ਲਈ ਕਰ ਰਿਹਾ ਮੈਨੂੰ ਨਹੀਂ ਲੱਗਦਾ ਕਿ ਹੋਰ ਕਬੱਡੀ ਪਲੇਅਰ ਕਰ ਰਿਹਾ ਦੋਸਤੋ ਗੁਰਪ੍ਰੀਤ ਜੰਗਿਆਣਾ ਕੁਝ ਸਾਲਾਂ ਤੋਂ ਲੈ ਕੇ ਆਪਣੇ ਪਿੰਡ ਦੇ ਵਿੱਚ ਕੈਂਪ ਲਗਾਉਂਦਾ ਜਿੱਥੇ ਨਵੇਂ ਪਲੇਅਰਾਂ ਨੂੰ ਮੌਕਾ ਮਿਲਦਾ ਤੇ ਉਹਨਾਂ ਨੂੰ ਫ੍ਰੀ ਡਾਈਟ ਮਿਲਦੀ ਆ ਪ੍ਰੋਪਰ ਕੋਚਿੰਗ ਮਿਲਦੀ ਆ ਅਤੇ ਉਹਨਾਂ ਲਈ ਕਿਟਾਂ ਅਤੇ ਰਹਿਣ ਦਾ ਪ੍ਰਬੰਧ ਵੀ ਹੁੰਦਾ ਹੈ ਤੇ ਮੈਨੂੰ ਲੱਗਦਾ ਵੀ ਅੱਜ ਦੀ ਵੀ ਕਾਲੀ ਜੀ ਦੀਵਾਲੀ ਲੰਘ ਕੇ ਗਈ ਆ ਤਾਂ ਆਪਣੇ ਇੱਕ ਜਿੱਥੇ ਉਹ ਨਾ ਬੱਚਾ ਕੈਂਪ ਦੇ ਵਿੱਚ ਪ੍ਰੈਕਟਿਸ ਕਰਦਾ ਕਾਲਾ ਬੋਲਾ ਉਹਦੇ ਲਈ ਵੀ ਫੋਨ ਨਹੀਂ ਸੀ ਤਾਂ ਉਹਨਾਂ ਨੇ Oppo ਦਾ ਫੋਨ ਗਿਫਟ ਕੀਤਾ ਬਿਕਾਜ਼ 10 ਰੁਪਏ ਕੱਢਨੇ ਔਖੇ ਹੁੰਦੇ ਤੇ ਗੁਰਪ੍ਰੀਤ ਪਲੇਅਰਾਂ ਲਈ ਬਹੁਤ ਕੁਝ ਕਰ ਰਿਹਾ ਤੇ ਹੁਣ ਸੁਣ ਦੱਸਦੇ ਆ ਵੀ ਉੱਥੇ ਕਿਹੜੇ ਕਿਹੜੇ ਪਲੇਅਰ ਪ੍ਰੈਕਟਿਸ ਕਰਦੇ ਆ ਗੁਰਪ੍ਰੀਤ ਦੇ ਕੈਂਪ ਦੇ ਵਿੱਚ ਨੀਲੂ ਖਾਨ ਜੋ ਕੋਚ ਆ ਉਹ ਖਿਡਾਰੀਆਂ ਨੂੰ ਪ੍ਰਿਪੇਅਰ ਕਰਾ ਰਿਹਾ ਪ੍ਰਿਪਰੇਸ਼ਨ ਕਰਾ ਰਿਹਾ ਕਬੜੀ ਖੇਡਣ ਦੀ ਤੇ ਐਸ ਸਾਲ ਇੱਕ ਅੰਡਰ 21 ਦੀ ਟੀਮ ਗੁਰਪ੍ਰੀਤ ਜੰਗਿਆਣਾ ਤਿਆਰ ਕਰ ਦਊਗਾ ਤੋਂ ਆਪਾਂ ਪਲੇਅਰਾਂ ਦੇ ਨਾਲ ਲੈਣੇ ਹੁੰਦੇ ਰਹਾਇਸ਼ ਵੀ ਉਹਨਾਂ ਨੂੰ ਫ੍ਰੀ ਕਿਟਾ ਮਿਲਦੀਆਂ ਨੇ ਫ੍ਰੀ ਰਹਾਇਸ਼ ਹੁੰਦੀ ਆ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਆ ਠੀਕ ਆ ਬਹੁਤ ਵਧੀਆ ਗੱਲ ਆ ਆਪਦੇ ਖਰਚ ਤੇ ਗੁਰਪ੍ਰੀਤ ਕਰ ਰਿਹਾ ਏ ਜਿਹੜੇ ਪਲੇਅਰ ਉੱਥੇ ਤਿਆਰੀ ਕਰ ਰਹੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋਮੋਗੇ ਸੀਪਾ ਵਾਦਰਾ ਬਿੱਟੂ ਬਲਿਆਲ ਜੱਸੀ ਧੁੜ ਹਰਜੀਤ ਸੁਰਖਵਰ ਪੱਪੀ ਦਾਣਗੜ ਸੀਪਾ ਸੈਜੜਾ ਸੁਖੀ ਝਨੀਰ ਗੁਰਪ੍ਰੀਤ ਮੰਗਵਾਲ ਗੁਰਦੀਪ ਟੈਰੀ ਟਪਾਲੀ ਸੀਪਾ ਮੋੜ ਇੱਥੇ 50-60 ਪਲੇਅਰ ਹਰ ਰੋਜ਼ ਪ੍ਰੈਕਟਿਸ ਕਰਦੇ ਤੇ ਉਹਨਾਂ ਦੇ ਵਿੱਚੋਂ 25 ਤੀ ਤਾਂ ਜੰਗੀਆਂ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਦੀ ਡਾਈਟ ਕੋਚਿੰਗ ਤੇ ਹਰ ਪ੍ਰਕਾਰ ਦੀ ਸਹੂਲਤ ਦਾ ਪ੍ਰਬੰਧ ਗੁਰਪ੍ਰੀਤ ਖੁਦ ਕਰਦਾ ਇਸ ਤੋਂ ਵੱਡੀ ਮਿਸਾਲ ਦੋਸਤੋ ਕੀ ਹੋਵੇਗੀ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਕਿ ਬਾਈ ਦੇ ਅਜਿਹੇ ਕਦਮ ਕਬੱਡੀ ਨੂੰ ਕਿੰਨਾ ਅੱਗੇ ਲੈ ਕੇ ਜਾਣਗੇ ਤੁਸੀਂ ਸਾਰੇ ਸਮਝਦੇ ਹੋ ਤੇ ਬਾਈ ਇਹਦਾ ਦਿਲ ਵੀ ਤੁਸੀਂ ਜਾਣਦੇ ਹੋ ਕਿੰਨਾ ਘੈਂਟ ਆ ਤੇ ਅਸੀਂ ਚਾਹੁੰਦੇ ਕਿ ਵੀਰਾਂ ਇਸ ਪ੍ਰਕਾਰ ਹੀ ਲੋਕਾਂ ਦੀ ਸੇਵਾ ਕਰਦਾ ਰਹੇ ਨਾ ਹੀ ਤਾਂ ਉਹਨੇ ਕੋਈ ਇੱਕ ਕਰੇ ਸੋ ਸੇਵਾ ਜੀ ਕੀਤੀ ਹੈ ਨਾ ਪਰ ਸਾਰੇ ਜਾਣਦੇ ਆ ਘੈਂਟ ਇਨਸਾਨ ਆ ਘੈਂਟ ਪਲੇਅਰ ਆ ਤੇ ਹੁਣ ਤੁਸੀਂ ਦੱਸੋ ਇਸ ਦੇ ਇਸ ਲਾਗਤ ਜੋ ਕਦਮ ਨੂੰ ਆਪਾਂ ਨੂੰ ਅੱਗੇ ਲੈ ਜਾਣ ਦੀ ਲੋੜ ਹੈ ਤੇ ਤੁਸੀਂ ਹੁਣ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਲੋਕ ਇਸ ਚੀਜ਼ ਤੋਂ ਪ੍ਰੇਰਿਤ ਹੋ ਕੇ ਇਸ ਦੇ ਨਾਲ ਜੁੜਨ ਤੇ ਦੋਸਤੋ ਧੰਨਵਾਦ ਬਹੁਤਾ ਟਾਈਮ ਤੁਹਾਡਾ ਨਹੀਂ ਲੈਂਦਾ